ਸਤਿ ਸ਼੍ਰੀ ਅਕਾਲ ਮਾਸੀ ਹੋਰ ਕਿਵੇਂ ਹੋ ਠੀਕ ਹੋ ਹਾਂ ਵਧੀਆ ਵਧੀਆ ਗਈ ਨਹੀਂ ਭੈਣੇ ਅਜੇ ਨਹਾਉਣ ਤੂੰ ਨਹੀਂ ਕਿੱਥੇ ਭੈਣੇ ਨਹਾਉਣ ਲੱਗਦੀ ਸੀ ਮੈਂ ਇੰਨੇ ਬੁੜੀ ਆ ਕੇ ਵੜ ਗਈ ਬਾਥਰੂਮ ਚ ਪਤਾ ਨਹੀਂ ਪਹਿਲਾਂ ਕੀ ਕਰਦੀ ਰਹਿੰਦੀ ਹੈ ਲੈ ਬੇਲੀ ਆ ਬੈਠੀ ਸੀ ਉਦੋਂ ਨਾ ਨੱਤਾ ਗਿਆ ਤੂੰ ਅੱਪਰ ਚੱਲ ਕੰਮ ਧੰਦੇ ਕਰੀ ਜਾਂਦੀ ਹੁੰਦੀ ਆ ਤੇ ਹੋਰ ਚੱਕ ਕੇ ਤੌਲੀਆ ਹੁਣ ਬਾਥਰੂਮ ਚ ਵੜ ਗਈ ਇਹਨੇ ਤਾਂ ਕੰਮ ਚ ਕੜਾ ਪਾਉਣਾ ਹੀ ਹੁੰਦਾ ਹਾਂ ਗੱਲ ਤਾਂ ਤੇਰੀ ਸਹੀ ਹੈ ਸੁਪਾਲ ਚਾਹੀ ਬਣਾ ਦੇ ਘਟਕ ਬਣਾ ਦਾ ਨਹੀਂ ਬਣਾਉਣੀ ਆ ਠੀਕ ਹੈ ਬੇਬੇ ਕੀ ਕਰਦੀ ਤੂੰ ਇੱਥੇ ਮੈਂ ਤਾਂ ਹੁਣ ਸਫਾਈ ਕਰਕੇ ਗਈ ਸੀ ਤੂੰ ਹੁਣ ਇੱਥੇ ਹੋਰ ਹੀ ਨਖਲਿਆਰਾ ਪਾ ਦੀ ਤੈਥੋਂ ਇੱਕ ਥਾਂ ਬੈਠੇ ਨਹੀਂ ਅੰਦਰ ਆਰਾਮ ਨਾਲ ਤੂੰ ਕਰੀ ਕੀ ਜਾਨੀ ਆ ਉਰੇ ਨਹੀਂ ਮੈਂ ਤਾਂ ਮਾੜਾ ਜਿਹਾ ਗੁੜ ਜਾ ਖਾਣ ਲੱਗੀ ਸੀ ਰੋਟੀ ਖਾ ਕੇ ਹਟੀ ਸੀ ਮੈਂ ਕਿਹਾ ਚੱਲ ਮਾੜਾ ਜਿਹਾ ਗੁੜ ਖਾ ਲਾਂ ਗੁੜ ਦੀ ਡਲੀ ਖਾਦੀ ਹੈ ਮੈਂ ਤਾਂ ਹੋਰ ਕੀ ਲੈਣਾ ਖਾਂਦੀ ਆ ਇਹ ਗੁੜ ਗੁੜ ਤੋਂ ਬਿਨਾਂ ਤਾਂ ਰੋਟੀ ਹਜਮ ਆਉਂਦੀ ਮੈਂ ਸਫਾਈ ਕਰਦੀ ਰਹਿ ਜਾਨੀ ਆ ਖਲਾਰਾ ਪਾ ਕੇ ਤੁਰ ਜਾ ਕਰ ਨਹੀਂ ਪਾਉਂਦੀ ਪੁੱਤ ਮੈਂ ਖਲਾਰਾ ਖਲਾਰਾ ਕਾਹ ਤੋਂ ਪਾਉਂਗੀ ਮੈਂ ਤਾਂ ਮਾੜਾ ਜਿਹਾ ਗੁੜ ਲੈਤਾ ਰੋਟੀ ਖਾ ਕੇ ਕਦੇ ਜੀ ਕਰੇ ਆਉਂਦਾ ਖਾਣ ਨੂੰ ਅੱਗੇ ਮੈਂ ਕਿੰਨਾ ਕੁ ਖਲਾਰਾ ਪਾਉਂਦੀ ਆ ਹਾਂ ਤੂੰ ਤਾਂ ਜਮੀ ਨਹੀਂ ਖਲਾਰਾ ਪਾਉਂਦੀ ਜਾਣਦੀ ਆ ਮੈਂ ਤੈਨੂੰ ਇੱਕ ਥਾਂ ਤੇ ਟਕਿਆ ਕਿਉਂ ਨਹੀਂ ਆਉਂਦਾ ਤੈਨੂੰ ਮੈਨੂੰ ਤਾਂ ਇੰਨੀ ਸਮਝ ਆਉਂਦੀ ਸਾਨੂੰ ਤੰਗ ਕਰਨ ਦਾ ਠੇਕਾ ਲਿਆ ਤੈ ਅਸੀਂ ਕੰਮ ਕਰਦਿਆਂ ਰਹਿ ਜਾਂਦੇ ਆ ਤੂੰ ਕੰਮ ਵਿਗਾੜ ਦਿਆ ਕਰ ਲੈ ਸੁਖਪਾਲ ਮੈਂ ਤਾਂ ਸੈਲਫਾਂ ਹੁਣ ਸਾਫ ਕਰਕੇ ਹਟੀ ਤੀ ਲੈ ਬੁੜੀ ਨੇ ਸਾਰਾ ਖਲਿਆਰਾ ਪਾ ਵੀ ਦਿੱਤਾ ਗੁੜਪਾਲ ਦੀ ਫਿਰਦੀ ਸੀ ਲੈ ਮੈਨੂੰ ਤਾਂ ਇਹਦੀ ਨਹੀਂ ਸਮਝ ਆਉਂਦੀ ਇਹਨੂੰ ਟੇਕ ਕਿਉਂ ਨਹੀਂ ਹੈਗੀ ਨਾ ਨਾ ਭੈਣੇ ਇਹਨੂੰ ਟਕਿਆ ਆਉਂਦਾ ਇਹ ਤੂੰ ਬੇਲੀ ਤੋਂ ਵੀ ਨਹੀਂ ਕਿੱਥੋਂ ਬੈਠੇ ਜਾਂਦਾ ਨਾ ਨਾ ਬੈਠੇ ਤੋਂ ਕਿੱਥੇ ਜਾਂਦਾ ਕਦੇ ਰਸੋਈ ਚ ਬੂਥਾ ਚੱਕ ਕੇ ਵਗੀ ਕਦੇ ਇੱਧਰ ਨੂੰ ਬੂਥਾ ਚੱਕ ਲਿਆ ਹਜੇ ਮੈਨੂੰ ਬੋਲਦੇ ਕਹਿੰਦੀ ਮੈਂ ਕਿੰਨਾ ਕੁ ਖਲਿਆਰਾ ਪਾਇਆ ਕਦੇ ਨਖਰਾਰਾ ਤਾਂ ਕਿਉਂ ਨਹੀਂ ਪਾਇਆ ਕਦੇ ਖੰਡ ਖੜਿਆ ਆਂਦੀ ਆ ਕਦੇ ਗੁੜ ਖੜਿਆ ਆਂਦੀ ਆ ਕਦੇ ਸੌਂਫ ਖੜਿਆ ਆਂਦੀ ਆ 20 ਵਾਰੀ ਮੈਂ ਸੈਲਫਾਂ ਸਾਫ ਕਰੀਆਂ ਦੁਬਾਰੇ ਲੈ ਮੈਂ ਵੀ ਬਹੁਤ ਵਾਰੀ ਕਰੀਆਂ ਨੇ ਸਾਫ ਇਹ ਤਾਂ ਖਲਿਆਰਾ ਪਾ ਕੇ ਬਾਹਰ ਨਿਕਲ ਜਾਂਦੀ ਹੈ ਹੋਰ ਭੈਣੇ ਐਂ ਕਰਦੀ ਹੈ ਤਾਂ ਮੈਨੂੰ ਕਰਨਾ ਪਊਗਾ ਲੈ ਕਮਾਲ ਹੋ ਗਈ ਤੇਰੀ ਹੁਣ ਦਵਾਈ ਤਾਂ ਮੈਂ ਆਪਦੀ ਚੱਕਣੀ ਹੈ ਮੈਨੂੰ ਕੀ ਪਤਾ ਸੀ ਵੀ ਤੂੰ ਪੋਚਾ ਮਾਰਨ ਲੱਗੇਗੀ ਅੱਛਾ ਤੈਨੂੰ ਕਾਹਨੂੰ ਪਤਾ ਸਾਰਾ ਪਤਾ ਤੈਨੂੰ ਤੂੰ ਜਾਣ ਕੇ ਬੰਦੇ ਨੂੰ ਠਿੱਠ ਕਰਨ ਦੀ ਵਾਰੀ ਵਿੱਚ ਲੰਘਦੀਆਂ ਸਭ ਪਤਾ ਤੈਨੂੰ ਨਾ ਮੈਨੂੰ ਕੀ ਲੋੜ ਆ ਠਿੱਠ ਕਰਨ ਦੀ ਪਤਾ ਨਹੀਂ ਇਹਨਾਂ ਦਾ ਦੋਨਾਂ ਜਣੀਆਂ ਦਾ ਮੇਰੇ ਨਾਲ ਕੀ ਵੈਰ ਹੈ ਮੈਨੂੰ ਤਾਂ ਜਮੀ ਨਹੀਂ ਜਰਦੀਆਂ ਆਹੋ ਜਰਦੀਆਂ ਨਹੀਂ ਹੈਗੀਆਂ ਜਰਦੀਆਂ ਸਾਨੂੰ ਤੂੰ ਨਹੀਂ ਹੈਗੀ 10 ਮਿੰਟ ਸਾਂ ਨਹੀਂ ਲੈਣ ਦੀ ਕੋਈ ਨਾ ਕੋਈ ਕੰਮ ਖਰਾਬ ਕਰੀ ਰੱਖਦੀਆਂ ਸਾਡਾ ਰੱਖਦੀਆਂ ਕੰਮ ਖਰਾਬ ਕਰੀ ਹੋਰ ਕਾਹਨੂੰ ਕਰਦੀਆਂ ਤੂੰ ਕੰਮ ਖਰਾਬ ਲਾਈ ਜਾਓ ਪੋਚੇ ਸਾਰਾ ਦਿਨ ਹੋਰ ਭੈਣੇ ਆਇਆ ਤੀ ਵੀਰ ਜੀ ਦਾ ਫੋਨ ਕਵੈਤ ਤੋਂ ਤੂੰ ਕਹਿੰਦੀ ਬੁਖਾਰ ਤੇ ਚੜ ਗਿਆ ਕਿਵੇਂ ਆ ਹੁਣ ਠੀਕ ਹੈ ਹੁਣ ਤਾਂ ਅੱਛਾ ਹਾਂ ਠੀਕ ਹੈ ਹੁਣ ਤਾਂ ਕੰਮ ਤੇ ਵੀ ਜਾਂਦਾ ਹੁਣ ਤਾਂ ਪਹਿਲਾਂ ਕੰਮ ਤੋਂ ਛੁੱਟੀ ਮਾਰ ਲਈ ਨਾ 2 ਦਿਨ ਹੁਣ ਤਾਂ ਜਾਂਦੇ ਨੇ ਕੰਮ ਤੇ ਚੱਲ ਵਧੀਆ ਭੈਣੇ 2 ਦਿਨਾਂ ਨਾਲ ਆਰਾਮ ਮਿਲ ਗਿਆ ਸਰੀਰ ਨੂੰ ਹੋਰ ਭੈਣੇ ਔਖਾ ਹੋ ਜਾਂਦਾ ਹੈ ਬਾਹਰਲੇ ਦੇਸ਼ਾਂ 'ਚ ਕਿਹੜਾ ਸੌਖੀਆਂ ਨੇ ਕਮਾਈਆਂ ਕਰਨੀਆਂ ਬਹੁਤ ਔਖੀਆਂ ਨੇ ਉਹ ਤਾਂ ਠੀਕ ਹੈ ਊਂ ਤਾਂ ਆਪਣੇ ਉਰੇ ਹੀ ਵਧੀਆ ਤੀ ਜੇ ਖੇਤੀਬਾੜੀ ਕਰੀ ਜਾਂਦੇ ਚੱਲ ਜ਼ਮੀਨ ਥੋੜੀ ਤੇ ਆਪਣੇ 2-4 ਕਿੱਲੇ ਹੋਰ ਠੇਕੇ ਲੈ ਲਿਆ ਕਰਦੇ ਉਹ ਤਾਂ ਤੇਰੀ ਗੱਲ ਠੀਕ ਹੈ ਹੁਣ ਉਹ ਕਹਿੰਦਾ ਮੈਥੋਂ ਖੇਤੀ ਹੋਣੀ ਨਹੀਂ ਹੁਣ ਉੱਥੇ ਤਾਂ 40-50 ਹਜ਼ਾਰ ਰੁਪਇਆ ਬਣ ਜਾਂਦਾ ਇੱਥੇ ਕਿੱਥੇ ਇੰਨੇ ਬਣਦੇ ਨੇ ਮਹੀਨੇ ਦੇ ਹਾਂ ਇਹ ਤਾਂ ਗੱਲ ਤੇਰੀ ਸਹੀ ਹੈ ਭੈਣੇ ਹੋਰ ਜਵਾਕਾਂ ਦੇ ਭਵਿੱਖ ਦਾ ਮਾਰਾ ਬੈਠਾ ਉੱਥੇ ਹਾਂ ਇਹ ਵੀ ਠੀਕ ਹੈ ਭੈਣੇ ਸਤਿ ਸ਼੍ਰੀ ਅਕਾਲ ਮਾਸੀ
ਹੋਰ ਕਿਵੇਂ ਆ? ਠੀਕ ਹਾਂ, ਵਧੀਆ ਵਧੀਆ। ਹੋਰ ਮਾਸੀ ਠੀਕ ਠਾਕ ਨੇ ਸਾਰੇ ਇੱਥੇ? ਹਾਂ ਠੀਕ ਨੇ ਪੁੱਤ ਸਾਰੇ, ਤੂੰ ਸੁਣਾ? ਚੱਲ ਵਧੀਆ। ਹਾਂ ਮਾਸੀ ਠੀਕ ਠਾਕ ਸਾਰੇ। ਲੈ ਜਲਜੀਤ ਭੈਣ ਆਉਂਦੀ ਆ। ਮਾਸੀ ਆ ਗਈ ਬੇਬੇ। ਚੰਗੀ ਗੱਲ ਆ ਪੁੱਤਾ, ਆ ਗਈ ਚੰਗਾ। ਸਤਿ ਸ੍ਰੀ ਅਕਾਲ ਭੈਣੇ। ਸਤਿ ਸ੍ਰੀ ਅਕਾਲ। ਠੀਕ ਹੈ? ਹਾਂ ਠੀਕ ਹੈ। ਹੋਰ ਪਰਿਵਾਰ ਠੀਕ ਆ ਆਪਣਾ? ਜਵਾਕ ਵੇਲੇ ਠੀਕ ਨੇ? ਸਾਰੇ ਠੀਕ ਨੇ, ਤੂੰ ਬਹਿ ਜਾ। ਹੋਰ ਭੈਣੇ, ਬਬਲੀ ਹੋਰੀ ਜਾ ਹੀ ਜਾਂਦੇ ਡਿਊਟੀ ਤੇ? ਵਧੀਆ। ਹਾਂ ਡਿਊਟੀ ਤੇ ਗਏ ਹੋਏ ਨੇ। ਅੱਛਾ। ਹਾਂ ਬਹੂ ਵੀ ਬਾਗੀ ਤੇ ਮੁੰਡਾ ਵੀ। ਚੱਲ ਸਤਿ ਸ਼੍ਰੀ ਅਕਾਲ ਮਾਸੀ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਹੋ? ਹਾਂ ਵਧੀਆ ਮਾਸੀ, ਤੂੰ ਦੱਸ? ਠੀਕ ਹੈ ਬੇਟੇ। ਅੱਡੇ ਤੋਂ ਆਏ ਹੋ ਕਿ ਬੱਸ ਰੋਕ ਲਈ ਤੀ ਉਰੇ? ਬੇ ਕਾਹਦਾ ਰੋਕ ਲਈ, ਮੈਂ ਦੱਸਦੀ ਹਾਂ ਤੈਨੂੰ, ਨਾ ਇੱਧਰ ਨਾ ਉੱਧਰ, ਬਹਿ ਜਾਣੇ ਨੇ ਜਾ ਕੇ ਕਿਲੋਮੀਟਰ ਤੇ ਰੋਕਤੀ। ਮੈਂ ਨਾਲੇ ਉਹਨੂੰ ਕਿਹਾ ਵੀ ਬਾਬਾ ਭਾਈ ਵੈਲੋ ਦੀ ਫੋਟੋ ਲੱਗੀ ਹੋਈ ਹੈ, ਕਿਹੜੇ ਵੇਲੇ ਨਹੀਂ ਮੈਂ ਕੰਡਕਟਰ ਨੂੰ ਕਹਿੰਦੀ ਆਉਂਦੀ ਤੀ ਵੀ ਭਾਈ ਮੈਨੂੰ ਉੱਥੇ ਫੋਟੋ ਕੋਲੇ ਲਾ ਦੀ। ਉਹਨੇ ਵਿਸਲ ਜਿਹੀ ਵੀ ਲੇਟ ਮਾਰੀ। ਬੇ ਡਰਾਈਵਰ ਇਹੋ ਜਿਹਾ ਹੁੰਦਾ ਦੇਖਿਆ, ਹੋ ਉੱਥੇ ਜਾ ਕੇ ਰੋਕੀ। ਮੈਂ ਆਖਿਆ ਰੁੜ ਜਾਣੇ ਆ, ਅੱਡੇ 'ਤੇ ਰੋਕ ਦਿੰਦਾ, ਮੈਂ ਉੱਧਰੋਂ ਤਾਂ ਤੁਰ ਕੇ ਆ ਜਾਂਦੀ। ਲੈ ਦੱਸ ਕੀ ਫਰਕ ਰਹਿ ਗਿਆ ਅੱਡੇ ਨੂੰ ਫਿਰ? ਦੇਖ ਲੈ ਇੱਧਰ ਇੱਧਰ ਸੌਖਾ ਤੇ ਇੱਧਰ ਤਾਂ ਹੋਰ ਹੁਣ ਸੌਖਾ ਤਾਂ ਹੈਗਾ ਤੀ। ਇਹੋ ਜਿਹੇ ਬੇਸੂਰੇ ਹੁੰਦੇ ਨੇ। ਹੋਰ ਭੈਣੇ ਤੂੰ ਠੀਕ ਹੈ? ਹਾਂ ਠੀਕ ਹਾਂ ਭੈਣੇ। ਇਹ ਵਧੀਆ ਰਹਿੰਦੀਆਂ ਨੇ ਤੇਰੇ ਨਾਲ? ਨਹੀਂ ਭੈਣੇ ਵਧੀਆ ਕਾਹਦੀਆਂ ਰਹਿੰਦੀਆਂ ਨੇ, ਇਹ ਮੇਰੇ ਨਾਲ ਤਾਂ ਇਹ ਆਡਾ ਲਾਈ ਰੱਖਦੀਆਂ ਨੇ ਕਿਸੇ ਨਾ ਕਿਸੇ ਗੱਲ ਪਿੱਛੇ। ਨਾ ਤਾਂ ਮੈਨੂੰ ਪੋਚੇ ਲੱਗੇ 'ਚ ਵੜਨ ਦਿੰਦੀਆਂ ਨੇ, ਨਾ ਮੈਨੂੰ ਇਹ ਰਸੋਈ 'ਚ ਵੜਨ ਦਿੰਦੀਆਂ ਨੇ। ਇਹਨਾਂ ਨੇ ਕਰ ਰੱਖਿਆ ਦੋਨੇ ਭੈਣਾਂ ਨੇ ਇੱਕ ਆ। ਆਹ ਸੁਖਪਾਲ ਪਹਿਲਾਂ ਵਧੀਆ ਇੱਜ਼ਤ ਮਾਨ ਕਰਦੀ ਹੁੰਦੀ ਸੀ ਮੇਰਾ, ਮੈਨੂੰ ਤਾਂ ਭੈਣੇ ਬਾਹਲਾ ਹੀ ਠਿੱਠ ਕਰਿਆ ਹੋਇਆ ਇਹਨਾਂ ਨੇ। ਮੈਨੂੰ ਤਾਂ ਇਹ ਦੇਖ ਨਹੀਂ ਜਰਦੀਆਂ, ਮੈਨੂੰ ਤਾਂ ਕੁਛ ਨਾ ਕੁਛ ਬੋਲਦੀਆਂ ਰਹਿੰਦੀਆਂ ਨੇ। ਅੱਛਾ, ਤਾਂ ਜੱਸੇ ਨੂੰ ਨਹੀਂ ਦੱਸਿਆ? ਜੱਸੇ ਨੂੰ ਮੈਂ ਦੱਸਿਆ ਭੈਣੇ ਦੋ ਚਾਰ ਵਾਰੀ, ਫਿਰ ਕੋਈ ਗੱਲ ਇਹ ਜਿਹੀ ਨਹੀਂ ਬਣੀ। ਅੱਛਾ, ਸੁਣੀ ਨਹੀਂ ਜੱਸੇ ਨੇ ਤੇਰੀ? ਸੁਣੀ ਤਾਂ ਹੈਗੀ ਤੀ ਭੈਣੇ, ਇੱਕ ਅੱਧੀ ਵਾਰੀ ਸੁਖਪਾਲ ਨੂੰ ਝਿੜਕਿਆ ਵੀ ਉਹਨੇ ਵੀ ਬੇਬੇ ਤੈਨੂੰ ਤੁਰੀ ਫਿਰਦੀ ਕੀ ਕਹਿੰਦੀ ਹੈ। ਬਸ ਦੋ ਚਾਰ ਦਿਨ ਸਹੀ ਰਹਿੰਦੀ ਹੈ, ਫਿਰ ਉਹੀ ਕੰਮ, ਕੋਈ ਅਸਰ ਨਹੀਂ ਹੁੰਦਾ ਇਹਨਾਂ 'ਤੇ ਤਾਂ। ਮੈਂ ਤਾਂ ਇੱਕ ਵਾਰੀ ਬਾਹਰਲੇ ਨੂੰ ਵੀ ਕਿਹਾ ਤੀ ਵੀ ਭਾਈ ਤੇਰੇ ਘਰ ਵਾਲੀ ਅਤੇ ਸੁਖਪਾਲ ਮੈਨੂੰ ਤੰਗ ਕਰਦੀਆਂ ਨੇ, ਪਤਾ ਨਹੀਂ ਉਹਨੂੰ ਕਿਹਾ ਕਿ ਨਹੀਂ ਕਿਹਾ, ਕੋਈ ਅਸਰ ਜਾਂ ਤਾਂ ਹੋਇਆ ਨਹੀਂ। ਜੱਸਾ ਤਾਂ ਵਿਚਾਰਾ ਸਾਰਾ ਦਿਨ ਖੇਤ ਹੁੰਦਾ, ਮੈਂ ਵੀ ਉਹਦੇ ਕੋਲ ਕੋਈ ਗੱਲ ਹੀ ਨਹੀਂ ਕਰਦੀ। ਹੁਣ ਵੀ ਕਹੂਗਾ ਵੀ ਸਾਰੇ ਦਿਨ ਦਾਕਿਆ ਥੱਕਿਆ ਮੈਂ ਘਰੇ ਆਉਣਾ ਆਥਣੇ, ਵੀ ਬੇਬੇ ਮੇਰਾ ਦਿਮਾਗ ਖਰਾਬ ਕਰ ਦਿੰਦੀ ਹੈ। ਮੈਂ ਤਾਂ ਹਰ ਕੇ ਡਰਦੀ ਬੋਲਦੀ ਨਹੀਂ ਭੈਣੇ। ਲੈ ਇਹ ਕਿਹੜੀ ਗੱਲ ਹੈ ਤੇਰੀ ਵੀ ਡਰਦੀ ਬੋਲਦੀ ਨਹੀਂ? ਜੇ ਹੁਣ ਆਪਾਂ ਪੁੱਤਾਂ ਨੂੰ ਨਹੀਂ ਦੱਸਾਂਗੇ, ਦੱਸਾਂਗੇ ਕਿਹਨੂੰ ਕਾਮੜੀਏ? ਪੁੱਛਣਾ ਭੈਣੇ, ਮੇਰਾ ਤਾਂ ਇਹਨਾਂ ਨੇ ਘਰੇ ਰਹਿਣਾ ਦੁੱਬਰ ਕਰਿਆ ਪਿਆ। ਜੇ ਰਸੋਈ 'ਚ ਵੜਦੀਆਂ ਸੌ ਸੌ ਕੁਛ ਬੋਲਦੀਆਂ ਨੇ, ਗਲ ਨੂੰ ਆਉਂਦੀਆਂ ਨੇ, ਜਿਵੇਂ ਦੋਨਾਂ ਨੇ ਨਾ ਕੋਈ ਰਾਏ ਬਣਾਈ ਹੁੰਦੀ ਹੈ ਵੀ ਇਹਨੂੰ ਆਪਾਂ ਤੰਗ ਕਰਨਾ। ਦੋਨਾਂ ਦੀ ਇੱਕ ਰਾਏ ਆ ਭੈਣੇ। ਤੂੰ ਮੇਰੀ ਗੱਲ ਸੁਣ, ਤੈਨੂੰ ਮੈਂ ਇੱਕ ਸਕੀਮ ਦੱਸਦੀ ਹਾਂ। ਤੂੰ ਇਹਨਾਂ ਦੀ ਭੈਣੇ ਦੋਨਾਂ ਦੀ ਇੱਕ ਗੱਲ ਨਾ ਰਹਿਣ ਦੇ, ਇਹਨਾਂ ਦੋਨਾਂ 'ਚ ਇੱਕ ਆ ਤਾਂ ਹੀ ਇਹ ਤੇਰੇ ਨਾਲ ਲੜਦੀਆਂ ਨੇ। ਤੂੰ ਭੈਣੇ ਦੋਨਾਂ 'ਚ ਪਾੜ ਪਾ ਇਹਨਾਂ 'ਚ, ਤਾਂ ਤੇਰਾ ਪਿੰਡਾ ਛੁੱਟੂ, ਨਾਲੇ ਇਹਨਾਂ ਦੋਨਾਂ ਦਾ ਆਪਸ ਵਿੱਚ ਯੁੱਧ ਲੱਗਿਆ ਰਿਹਾ ਕਰੂ। ਤੂੰ ਬਸ ਆਰਾਮ ਨਾਲ ਬੈਠ ਕੇ ਤਮਾਸਾ ਦੇਖਿਆ ਕਰੀ। ਗੱਲ ਤਾਂ ਤੇਰੀ ਠੀਕ ਆ ਜਲਜੀਤ, ਪਰ ਇਹਨਾਂ ਦੋਨਾਂ 'ਚ ਪਾੜ ਕਿਵੇਂ ਪਵਾਇਆ ਜਾਵੇ? ਪਾੜ ਇਹਨਾਂ ਦੋਨਾਂ 'ਚ ਇੱਕ ਦੂਜੀ ਦੇ ਖਿਲਾਫ ਉਂਗਲਾਂ ਲਾ ਕੇ ਪਾਉਣਾ ਪਊਗਾ। ਨਹੀਂ ਭੈਣੇ, ਐਂ ਕਿਵੇਂ ਉਂਗਲਾਂ ਲਾਈਆਂ ਜਾਣਗੀਆਂ? ਇਹ ਤਾਂ ਇੱਕ ਦੂਜੀ ਕੋਲ ਗੱਲ ਕਰ ਦੇਣਗੀਆਂ ਉਹਦੀ ਵੀ ਬੇਬੇ ਹੈ ਕਹਿੰਦੀ ਸੀ। ਤੈਨੂੰ ਪਤਾ ਤਾਂ ਹੈਗਾ ਇਹਨਾਂ ਦੀ ਦੋਨਾਂ ਦੀ ਬਣਦੀ ਹੈ, ਇੰਨਾ ਸੌਖਾ ਕੰਮ ਨਹੀਂ ਹੈਗਾ ਇਹਨਾਂ ਨੂੰ ਉਂਗਲਾਂ ਲਾਉਣੀਆਂ। ਮੈਂ ਤੈਨੂੰ ਕਦੋਂ ਕਿਹਾ ਵੀ ਸੌਖਾ ਕੰਮ ਹੈ? ਤੈਨੂੰ ਡੂੰਘਾ ਦਿਮਾਗ ਲਾਉਣਾ ਪਊਗਾ, ਮੈਂ ਦੱਸਦੀ ਹਾਂ ਤੈਨੂੰ ਕਿਵੇਂ ਕਰਨਾ। ਤੂੰ ਮੇਰੀ ਗੱਲ ਸੁਣ, ਤੈਨੂੰ ਇਹਨਾਂ 'ਚੋਂ ਇੱਕ ਜਾਣੀ ਨਾਲ ਤਾਂ ਬਣਾਉਣੀ ਪਊਗੀ। ਇੱਕ ਦਿਨ ਤੂੰ ਅੱਡੇ ਤੋਂ ਜਾ ਕੇ ਇੱਕ ਜਾਣੀ ਨੂੰ ਸੂਟ ਲਿਆ ਦੇ, ਰਾਣੀ ਨੂੰ ਲਿਆ ਦੀ, ਵਧੀਆ ਜਿਹਾ ਸੂਟ ਲਿਆ ਦੀ, ਦੂਜੀ ਨੂੰ ਨਾ ਲਿਆ ਕੇ ਦੇਈਂ ਸੁਖਪਾਲ ਨੂੰ। ਤੂੰ ਸਿੱਧਾ ਹੀ ਕਹਿ ਦੀ ਵੀ ਇਹਦੇ ਘਰ ਵਾਲਾ ਤਾਂ ਬਾਹਰ ਗਿਆ ਹੋਇਆ, ਤੈਨੂੰ ਤਾਂ ਜੱਸਾ ਲਿਆ ਦਿੰਦਾ, ਫਿਰ ਦੇਖੀ ਤੂੰ ਇਹਨਾਂ ਦੀ ਲੜਾਈ ਪੈਂਦੀ। ਛੱਡਿਆ ਕਰ ਭੈਣੇ, ਬਥੇਰੇ ਸੂਟ ਖਰੀਦਦੀ ਹੈ ਰਾਣੀ, ਪੈਸੇ ਭੇਜਦਾ ਬੱਬੀ ਇਹਨੂੰ। ਨਹੀਂ ਭੇਜਦਾ ਹੋਊਗਾ, ਖਰੀਦਦੀ ਹੋਊਗੀ ਰਾਣੀ ਸੂਟ। ਮੈਂ ਤਾਂ ਤੈਨੂੰ ਐਂ ਕਹਿਣੀ ਆ, ਤੈਂ ਆਹ ਗੱਲ ਕਹਿਣੀ ਹੈ, ਬਸ ਤਾਂ ਰਾਣੀ ਨੂੰ ਸੂਟ ਲੈ ਕੇ ਦੇਣਾ, ਫਿਰ ਤੂੰ ਲੜਾਈ ਦੇਖੀ ਇਹਨਾਂ 'ਚ ਪੈਂਦੀ। ਜੇ ਮੈਂ ਰਾਣੀ ਨੂੰ ਸੂਟ ਲੈ ਕੇ ਦੇਤਾ, ਲੜਾਈ ਕਿਵੇਂ ਪੈ ਜੂ ਇਹਨਾਂ 'ਚ?
लड़ाई तो समा मेरे नाल हो सुखपाल दी, वो मेरे ते होर खिजू। तू मेरे कहे तो ये कम ता करके देख, जदों मैं तेनू कही जानी हाँ इन्हां दी लड़ाई होगी, तेरे नाल किसे दी नहीं हुंदी। तू केरा राणी नू सूट लिया के देख, फिर तू देखी तमाशा। चल कोई ना, मैं फिर देख लैनी हाँ, जानी हाँ एक अद्धे दिन च अड्डे ते। तू मेरी गल सुन, तू मेरे कहे तो ये कम करके देख, फिर तू देखी की बनता है। की ले आई बेबे? सूट ले आई पुत। अच्छा आपदे वास्ते? ना मैं राणी खातर ले आई पुत, आपदे खातर तक कानू ले आई। मेरे भी पैसे हैगे थी, मैं आखा चल आपदे पसंद दा मखा मैं राणी ने सूट ले आनी। अच्छा चल वधिया करे। हाँ राणी वास्ते सूट ले आई बेबे, कमाल होगी। राणी पुत मैं सूट ले आई सी तेरे वास्ते। मेरे वास्ते सूट? मेरे वास्ते सूट के मिले ही बेबे? आ जा दिखावा तेनू, सूट तो सोहना है, मैं आपदे पसंद दा रंग ले आई देख के, तेरे भी सोना लगूगा। सूट तो सोना लिया, देख एडा सोना सूट है, कपड़ा भी वधिया है, उत्थे दो तीन जनिया ने सराया है कुड़िया ने, कुड़िया ने पुछ के लेता मैं सूट। हाँ बेबे सूट तो बहुत सोहना, नाले मेरे कोले रंग है ही नहीं सी, कितों लिया है? और कितों लिया थी, अड्डे तो लिया पुत, आ दुकान वाला दो। चलो तो गल ठीक है बेबे, मैं तो कहनी भी तू मेरे वास्ते सूट किमें ले आई। लै कुड़े मैं सूट लिया नहीं सकती, कल मेरे बैठी बैठी के दिमाग ते आया, मैं कहा सुखपाल तो जो कह दें जस्से ओदी दवा लिया सूट ओनू, तो मैं कहा बब्बी बाहर है बेचारा, मैं कहा चल मैं राणी नू सूट लिया दें। जे बब्बी इत्थे हुंदा फिर तो तेनू लै जांदा नाल, मैनू तां महसूस जे होया, मैं कहा चल मैं राणी नू सूट लै जा। अच्छा बेबे बड़ा सोहना सूट है बेबे, इन्नी सोहनी कढ़ाई है, देख सूट सोहना है। मैनू तो ऐ नहीं समझ आउंदी बेबे ने सूट इहनू किवें लैता। ओ चल कोई ना, कई बार वड्डे बंदे दे दिमाग च आ जांदा है ਵੀ ਬੱਬੀ ਹੈ ਨਹੀਂ ਗਾਵਰੇ, ਚੱਲ ਮੈਂ ਲਿਆ ਦਿੰਦੀ ਹਾਂ ਵੀ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹਦਾ ਹੇਜ ਕਿੱਧਰੋਂ ਆ ਗਿਆ ਬੇਬੇ ਨੂੰ, ਮਿੰਟ ਮਿੰਟ 'ਤੇ ਬੇਬੇ ਦੀ ਬੇਇੱਜ਼ਤੀ ਕਰਦੀ ਰਹਿੰਦੀ ਇਹ। ਚੱਲ ਕੋਈ ਨਾ, ਤੂੰ ਕੀ ਲੈਣਾ ਇਸ ਗੱਲ ਤੋਂ, ਤੈਨੂੰ ਕਾਹਦਾ ਫਿਕਰ ਪੈ ਗਿਆ? ਨਾ ਨਾ ਮੈਨੂੰ ਤਾਂ ਕੋਈ ਫਿਕਰ ਨਹੀਂ, ਮੈਨੂੰ ਤਾਂ ਕੋਈ ਗੱਲ ਨਹੀਂ ਹੈਗੀ। ਸਮਿਆ ਲਈ ਪੁੱਤ ਕਿਤੇ ਪੇਟੀ 'ਚ ਧਰ ਦੇ, ਸਮਾਉਂਗੀ ਬੇਬੇ। ਹਾਂ ਪਾਉਣ ਵਾਲਾ ਸੂਟ ਲੈ ਸੁਖਪਾਲ, ਸੂਟ ਦੇਖੀ ਮੇਰਾ, ਮੈਂ ਸਿਉਣਾ ਦੇ ਕੇ ਆਉਂਦੀ ਸੀ, ਸੋਹਣਾ ਹੈ ਨਾ? ਹਾਂ ਸੂਟ ਤਾਂ ਸੋਹਣਾ ਰਾਣੀ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਬੇਬੇ ਤੇਰੇ 'ਤੇ ਇੱਕਦਮ ਦਿਆਲ ਕਿਵੇਂ ਹੋ ਗਈ। ਉਹ ਤਾਂ ਐਂ ਸੋਚ ਲਿਆ, ਮੈਂ ਪੁੱਛਿਆ ਸੀ ਬੇਬੇ ਨੂੰ, ਕਹਿੰਦੀ ਸੁਖਪਾਲ ਨੂੰ ਤਾਂ ਜੱਸਾ ਜਦੋਂ ਮਰਜ਼ੀ ਸੂਟ ਦਵਾ ਲਿਆਵੇ, ਵੀ ਚੱਲ ਇਹ ਬੱਬੀ ਬਾਹਰ ਹੈ ਕਵੈਤ ਬੈਠਾ, ਵੀ ਇਹਨੂੰ ਮੇਰਾ ਜੀਜਾ ਕਰਿਆ ਕੁੜੇ ਵੀ ਸੂਟ ਲਿਆ ਨਾ। ਬੇਬੇ ਕਹਿੰਦੀ ਮੈਂ ਸੋਚਿਆ ਵੀ ਇਹ ਇਕੱਲੀ ਰਹਿੰਦੀ ਹੈ, ਕੱਲ੍ਹ ਕਹਿੰਦੀ ਮੈਨੂੰ ਬੈਠੀ ਬੈਠੀ ਨੂੰ ਮਹਿਸੂਸ ਜਿਹਾ ਹੋਇਆ ਵੀ ਇਹਨੂੰ ਸੂਟ ਲਿਆ ਕੇ ਦੇਵਾਂ। ਅੱਛਾ ਚੱਲ ਵਧੀਆ, ਉਹ ਮੈਨੂੰ ਭੈਣੇ ਕੋਈ ਇਤਰਾਜ ਨਹੀਂ ਵੀ ਤੈਨੂੰ ਬੇਬੇ ਨੇ ਸੂਟ ਲਿਆ ਕੇ ਦਿੱਤਾ, ਪਰ ਮੈਨੂੰ ਬੇਬੇ ਤੇ ਐਂ ਗੁੱਸਾ ਚੜ੍ਹਦਾ ਹੈ, ਆਪਣੇ ਦਰਾਣੀ ਜਠਾਣੀ 'ਚ ਫਰਕ ਪਾਉਣ ਨੂੰ ਫਿਰਦੀ ਹੈ। ਨਾ ਨਾ ਸੁਖਪਾਲ ਫਰਕ ਤਾਂ ਕਾਹਦਾ ਪੈਣਾ ਸੀ, ਬਸ ਉਹਨੂੰ ਐਂ ਹੋ ਗਿਆ ਵੀ ਰਾਣੀ ਇਕੱਲੀ ਹੈ, ਪਹਿਲਾਂ ਤਾਂ ਕਦੇ ਭੈਣੇ ਐਂ ਹੋਇਆ ਨਹੀਂ ਉਹਨੂੰ। ਚੱਲ ਤੂੰ ਮੇਰੀ ਗੱਲ ਸੁਣ ਸੁਖਪਾਲ, ਜੇ ਉਹਨੇ ਮੈਨੂੰ ਸੂਟ ਲੈ ਕੇ ਦੇਤਾ ਫਿਰ ਕੀ ਲੋੜਾ ਆ ਗਿਆ? ਨਾ ਨਾ ਭੈਣੇ ਤੇਰੇ ਨਾਲ ਮੈਨੂੰ ਕੋਈ ਈਰਖਾ ਨਹੀਂ, ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ, ਚੱਲ ਛੱਡ ਪਰੇ ਇਸ ਗੱਲ ਨੂੰ। ਕੇ ਲੈ ਕੇ ਵਿਆਹ 'ਚ ਤਾਂ ਮਖਾ ਰਾਣੀ ਇੰਨਾ ਇਕੱਠ ਰੱਖਿਆ ਉਹਨਾਂ ਨੇ ਤਾਂ ਕਈ ਦਿਨ, ਬਾਹਲਾ ਕੁਛ ਹੋਇਆ ਬੇਬੇ ਉਹਨਾਂ ਦੇ ਤਾਂ, ਨਾਲ ਤਾਂ ਭੰਗੜੇ ਵਾਲੇ ਲਿਆਂਦੇ ਸੀ ਨਾਨਕਿਆਂ ਨੇ, ਇੱਕ ਵਜੇ ਤੱਕ ਤਾਂ ਉਹ ਕੱਢੀ ਗਏ ਨੇ ਜਾਗੋ। ਅੱਛਾ ਹੋਰ ਫੇਰ ਬਹੂ ਵੀ ਕਹਿੰਦੇ ਟਰੈਕਟ ਤੇ ਆਈ ਉਹਨਾਂ ਦੇ ਤਾਂ, ਹਾਂ ਛੱਟੀਆਂ ਤੇ ਵੀ ਟਰੈਕਟਰ ਤੇ ਗਈ ਹੈ, ਬਾਹਲਾ ਕੁਛ ਹੋਇਆ ਉਹਨਾਂ ਦੇ ਤਾਂ। ਦੇਖ ਲੈ ਰਿਵਾਜ ਹੁਣ ਦੁਬਾਰੇ ਦੁਬਾਰੇ ਕੀ ਚੱਲੀ ਜਾਂਦੇ ਨੇ, ਹੋਰ ਕੋਈ ਸਦੀ ਪਲਟ ਜੋਗੀ, ਕੋਈ ਪਿਓ ਦਾਦੇ ਦਿੱਲੀ ਤੁਰਪੂ, ਅਗਲਾ ਕੋਈ ਉਹਨਾਂ ਦੀ ਬਾਹਰ ਗਈ ਹੈ, ਹੋਰ ਵਧੀਆ। ਜਾ ਨਹੀਂ ਰਾਣੀ ਤੂੰ ਤਾਂ ਇੱਕ ਸੂਟ ਦੀ ਬਾਹਰ ਨਿਕਲੀ। ਹੈਲੋ ਚਾ ਬੇਬੇ ਨੂੰ ਫੜਾਤੀ ਚਾ? ਮੈਂ ਤਾਂ ਕੱਲੀ ਤੁਹਾਡੇ ਵਾਸਤੇ ਬਣਾਈ ਹੈ, ਬੇਬੇ ਨੂੰ ਫੜਾਤੀ ਹੋਊਗੀ ਰਾਣੀ ਨੇ, ਅੱਜ ਕੱਲ੍ਹ ਦੋਨਾਂ ਦੀ ਬਹੁਤ ਬਣਦੀ ਹੈ। ਲੈ ਤੂੰ ਤਾਂ ਉਹ ਸੂਟ ਵਾਲੀ ਗੱਲ ਫੜੀ ਬੈਠੀ ਹੈ ਮੇਰੇ ਹਿਸਾਬ ਨਾਲ। ਮੈਂ ਤਾਂ ਕਹਿੰਦੀ ਵਧੀਆ ਹੋ ਗਿਆ ਸੂਟ ਵਾਲੀ ਗੱਲ ਤਾਂ, ਇਹਦੇ ਨਾਲ ਰਾਣੀ ਤਾਂ ਪਰਖੀ ਗਈ। ਬੁੜੀਆਂ ਦੀਆਂ ਬੁੜੀਆਂ ਹੀ ਜਾਣਨ। ਮੇਰੀ ਗੱਲ ਸੁਣ ਲੈ, ਆਹ ਕਿਨੂਆਂ ਦੇ ਬੀਜ ਹੈ ਨਾ ਸੈਲਫ ਤੇ ਨਖੜਿਆ ਜੀ, ਕਿਤੇ ਛਿਲਕੇ ਇੱਥੇ ਡਿੱਗ ਜੇ। ਨਾ ਮੈਂ ਕੰਮ ਲਈ ਆ ਛਿਲਕੇ ਖੰਡਿਆਉਣ ਨੂੰ, ਤੇਰਾ ਕੋਈ ਪਤਾ ਨਹੀਂ ਲੱਗਦਾ, ਬਾਅਦ ਤਾਂ ਕਹੀ ਦੇਣਾ, ਮੈਂ ਤਾਂ ਭੁੱਲ ਗਈ।
ਕੀ ਹੋ ਗਿਆ ਸੁਖਪਾਲ ਇੰਨਾ ਉੱਚਾ ਉੱਚਾ ਬੋਲੀ ਨਹੀਂ ਹੈ ਐ ਨਹੀਂ ਮਾਰੀ ਜਾਂਦੇ ਕੁੜੇ ਅਕੇ ਕਿੰਨਵਾਂ ਦੇ ਸਿਲ ਕੇ ਉਰੇ ਰੱਖ ਡਿਆ ਦੀ ਸੈਲਫ ਤੇ ਮੈਂ ਕੰਮ ਨਹੀਂ ਆ ਹਾਂ ਸਹੀ ਗੱਲ ਹੈ ਐ ਨਹੀਂ ਖੰਡੋ ਨਹੀਂ ਸੁਖਪਾਲ ਬੇਬੇ ਆਪਾਂ ਤਾਂ ਕੱਲ ਆਏ ਆ ਪਹਿਲਾਂ ਬੇਬੇ ਰਸੋਈ 'ਚ ਹੀ ਰਹੀ ਹੈ ਐ ਬੇਬੇ ਨੂੰ ਤੂੰ ਰਸੋਈ 'ਚੋਂ ਕਿਵੇਂ ਰੋਕ ਸਕਦੀ ਹੈ ਇਹਦੀ ਰਸੋਈ ਹੈ ਜਦੋਂ ਮਰਜ਼ੀ ਰਸੋਈ 'ਚ ਵੜੇ ਅੱਛਾ ਹੁਣ ਰਸੋਈ ਬੇਬੇ ਦੀ ਹੋ ਗਈ ਜੇ ਤੂੰ ਗੁੜ ਫੋਣ ਪਿੱਛੇ ਬੇਬੇ ਨੂੰ ਲੜਦੀ ਸੈਲਫ ਸਾਫ ਕਰਨ ਪਿੱਛੇ ਉਦੋਂ ਰਸੋਈ ਕੀ ਦਿੱਤੀ ਭੈਣੇ ਤੈਨੂੰ ਸੂਟ ਲੈ ਕੇ ਦੇਤਾ ਨਾ ਬੇਬੇ ਨੇ ਹੁਣ ਤਾਂ ਕਰਕੇ ਬੇਬੇ ਚੰਗੀ ਹੋ ਗਈ ਹੁਣ ਰਸੋਈ ਇਹਦੀ ਹੋ ਗਈ ਹਾਂ ਚੱਲ ਲੈ ਕੇ ਦੇਤਾ ਫਿਰ ਤੈਨੂੰ ਕਾਹਦਾ ਮਚੇਵਾ ਚੜੇ ਮੈਨੂੰ ਤਾਂ ਕੋਈ ਮਚੇਵਾ ਨਹੀਂ ਚੜੇ ਤੇਰੇ ਸੂਟ ਦਾ ਮੈਨੂੰ ਕਿਹੜਾ ਸੂਟਾਂ ਦਾ ਘੱਟ ਹੈ ਮੈਂ ਤਾਂ ਚਾਹੇ ਕੱਲ ਨੂੰ ਨਵਾਂ ਲਿਆਵਾ ਮੈਂ ਤਾਂ ਤੇਰੀ ਗੱਲ ਕਰਦੀ ਆ ਹੁਣ ਤੈਨੂੰ ਬੇਬੇ ਤਾਂ ਚੰਗੀ ਲੱਗਣ ਲੱਗ ਗਈ ਜਿਹੜਾ ਤੂੰ ਇਹਦੇ ਪਿੱਛੇ ਬੋਲਦੀ ਐ ਮੈਂ ਤਾਂ ਚੱਲ ਕਹਿੰਦੀ ਵਧੀਆ ਹੋ ਗਿਆ ਤੂੰ ਪਰਖੀ ਗਈ ਪਰਖੀ ਗਈ ਤਾਂ ਪਰਖੀ ਗਈ ਤੂੰ ਮੇਰੀ ਗੱਲ ਸੁਣ ਲੈ ਸੁਖਪਾਲ ਕੰਨ ਖੋਲ ਕੇ ਬੇਬੇ ਨੂੰ ਤੂੰ ਰਸੋਈ ਚੋਂ ਵੜਨ ਨੂੰ ਨਹੀਂ ਰੋਕ ਸਕਦੀ ਇਹ ਮੈਂ ਤੈਨੂੰ ਦੱਸਦਾ ਇਹ ਘਰ ਦੀ ਮਾਲਕਣ ਐ ਆਪਣੇ ਤੋਂ ਪਹਿਲਾਂ ਹਰੇਕ ਚੀਜ਼ ਤੇ ਘਰ ਦੀ ਤੇ ਇਹਦਾ ਹੱਕ ਐ ਬਾਕੀ ਬੇਬੇ ਤੋਂ ਵੱਧ ਕੇ ਨਹੀਂ ਹੈਗੀ ਮੈਨੂੰ ਤੂੰ ਮੈਂ ਕੋਈ ਲਿਹਾਜ਼ ਲੂਜ ਨਹੀਂ ਰੱਖਣੀ ਤੇਰੀ ਚੱਲ ਕੋਈ ਗੱਲ ਨਹੀਂ ਬੇਬੇ ਮੈਂ ਤੈਨੂੰ ਦੱਸਦਾ ਆ ਛਿਲਕੇ ਜੇ ਨਹੀਂ ਖੜੇ ਹੋਣੇ ਉਰੇ ਮੈਂ ਹੁਣ ਸਫਾਈ ਕਰਕੇ ਹਟੀ ਆਂ ਐਵੇਂ ਮਾਰੀ ਜਾਂਦੀ ਐ ਬਕਵਾਸ ਲੈ ਦੱਸ ਬੇਬੇ ਤੇਰੀ ਗੁਲਾਮ ਐ ਤੂੰ ਬੇਫਿਕਰ ਹੋ ਕੇ ਬੜਾ ਕਰ ਬੇਬੇ ਰਸੋਈ 'ਚ ਇਹਦਾ ਕੀ ਇਹਨੂੰ ਮੈਂ ਕਰੂੰ ਸਿੱਧੀ ਠੀਕ ਐ ਪੁੱਤ ਸੁਪਾਲ ਆ ਪਰਸੋਂ ਦਾ ਭਰਿਆ ਪਿਆ ਬਿੱਠਲ ਕੱਪੜਿਆਂ ਦਾ ਧੋਤੇ ਕਿਉਂ ਨਹੀਂ ਇਹ ਮਹੀਨਾ ਹੋ ਗਿਆ ਮੈਨੂੰ ਕੱਪੜੇ ਧੋਂਦੀ ਨੂੰ ਮੈਂ ਕੋਈ ਠੇਕਾ ਤਾਂ ਨਹੀਂ ਤਾਂ ਸਾਰੇ ਕੰਮ ਦਾ ਕੋਈ ਹੋਰ ਵੀ ਧੋ ਸਕਦਾ ਜੇ ਤੈਨੂੰ ਮਹੀਨਾ ਹੋਇਆ ਕੱਪੜੇ ਧੋਂਦੀ ਨੂੰ ਮੇਰੀ ਭਾਂਡਿਆਂ ਦੀ ਡਿਊਟੀ ਆ ਮੈਨੂੰ ਨਹੀਂ ਮਹੀਨਾ ਹੋ ਗਿਆ ਭਾਂਡੇ ਮਾਂਜਦੀ ਨੂੰ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ ਆਹੋ ਹੋ ਗਿਆ ਤੈਨੂੰ ਮਹੀਨਾ 20 ਵਾਰੀ ਵੇਖੇ ਤੇ ਰਸੋਈ ਢੇਰ ਲੱਗਿਆ ਹੋਇਆ ਮਾਂਜੇ ਦੇ ਭਾਂਡੇ ਮੈਂ ਨਹੀਂ ਰਹਿਣ ਦੇ ਤੂੰ ਤੂੰ ਨਾ ਮਾਂਜਦੇ ਹੁਣ ਕਿਤੇ ਤੇ ਹੋਰ ਕੱਲੀ ਦੇਖ ਲੈਂਦੀ ਕਿਤੇ ਢੇਰ ਲੱਗਿਆ ਪਿਆ ਤੇਰੇ ਭਾਂਡਿਆਂ ਦਾ ਮੈਂ ਮਾਂਜਿਆ ਉਹ ਮੇਤੋਂ ਤਾਂ ਜਾਂਦੇ ਕੱਪੜੇ ਇਹ ਧੋਣੇ ਧੋ ਲੈ ਜਿੱਤੇ ਸੰਦੋ ਤੇਂਦੇ ਧੋਤੇ ਮੈਥੋਂ ਵੀ ਨਹੀਂ ਆਂਦੇ ਕੋਈ ਗੱਲ ਨਹੀਂ ਮੈਂ ਤਾਂ ਆਪ ਨੂੰ ਧੋਂਦੀ ਪਏ ਰਹਿਣ ਦੇ ਕਮਾਲ ਹੋ ਗਈ ਥੋੜੀ ਯਾਰ ਮੇਰੀ ਕੋਈ ਕਮਾਲ ਨਹੀਂ ਹੋਈ ਜੱਸਿਆ ਕਮਾਲ ਤੇਰੇ ਘਰ ਵਾਲੀ ਦੀ ਹੋਈ ਹੋਈ ਐ ਮੈਥੋਂ ਕਿਸੇ ਦਿਨ ਸਮਾਰ ਕੇ ਬੇਇੱਜ਼ਤੀ ਕਰਾਉਣੀਆਂ ਨੇ ਕਰਾਉਂਗੀ ਬੇਇੱਜ਼ਤੀ ਮੈਨੂੰ ਐਡੀ ਕੁੜੀ ਨਾ ਸਮਝੀ ਤੂੰ ਕਰਕੇ ਦੇਖ ਬੇਇੱਜ਼ਤੀ ਤੂੰ ਟਿਕ ਜਾ ਤੂੰ ਚਪੇੜਾ ਨਾ ਖਾਲੀ ਮੈਥੋਂ ਮੂੰਹ ਤੇ ਮਾਰ ਕੇ ਦੇਖ ਚਪੇੜਾ ਦਿਖਾਵਾਂ ਤੈਨੂੰ ਤਜਰਬਾ ਜੱਸੇ ਸਮਝਾ ਲੈ ਇਹਨੂੰ ਮੈਥੋਂ ਹੋਰ ਨਾ ਇਹ ਗੁੱਤ ਨਹੀਂ ਕਟਾ ਲੈ ਤੂੰ ਨੇੜੇ ਹੋ ਕੇ ਤਾਂ ਦੇਖ ਗੁੱਤ ਕੁੱਟਣੀ ਬਹੁਤ ਔਖੀ ਐ ਦਿਖਾਵਾਂ ਤੈਨੂੰ ਜਿਹਨੇ ਤਾਰੇ ਠਰ ਜਾ ਨਹੀਂ ਤੂੰ ਕੀ ਕਰ ਲੇਂਗੀ ਤੇ ਮੇਰਾ ਓਏ ਬਸ ਹਟ ਜਾ ਸੁਪਾਲ ਤੂੰ ਹੈ ਕਮਾਲ ਹੀ ਹੋਈ ਪਈ ਐ ਤੁਹਾਡੀ ਮਾੜਾ ਮੋਟਾ ਆਂਡ ਕਮਾਂਡ ਕਰਨੀ ਤਾਂ ਦੇਖ ਲਓ ਜਲੂਸ ਕੱਢਣ ਲੱਗੀ ਹੋ ਚਲ ਬਹਿ ਜਾ ਉਰੇ ਬੈਠੋ ਉਰੇ ਬਹਿ ਜਾ ਗੱਲ ਐ ਕੋਈ ਇਹ ਬਣੀ ਪਤਾ ਨਹੀਂ ਕੀ ਫਿਰਦੀ ਐ ਇਹ ਨੀਤ ਉਹ ਚੁੱਪ ਨਾ ਤੂੰ ਨਹੀਂ ਕੁਛ ਬੋਲਣਾ ਬਸ ਲੈ ਕਮਾਲ ਕਰਤੀ ਤੂੰ ਤਾਂ ਜਲਜੀਤ ਉਵੇਂ ਹੀ ਹੋਇਆ ਜਿਵੇਂ ਤੂੰ ਕਹਿੰਦੀ ਸੀ ਗੱਲ ਕੀ ਹੋਣੀ ਸੀ ਮੇਰੇ ਕਦੇ ਔਖੀ ਜਿਹਾ ਹੋ ਕੇ ਸੀ ਮੇਰੇ ਕਦੇ ਔਖੀ ਦੇਖਦੀ ਹੈ ਜੱਸੇ ਜੇ ਅੱਜ ਨਾ ਤੂੰ ਆਉਂਦਾ ਮੈਂ ਇਹਨੂੰ ਦੱਸ ਦਿੰਦੀ ਪਤਾ ਮੈਨੂੰ ਇੱਕ ਵਾਰੀ ਛੱਡੋ ਤਾਂ ਸਹੀ ਤੁਸੀਂ ਓਏ ਨਾ ਨਾ ਮੈਂ ਦੇਖਾਂ ਦੇਵਾਂ ਪਤਾ ਬਸ ਰਹਿਣ ਦੇ ਤੂੰ ਆ ਜਾ ਅੰਦਰ ਚੱਲ ਆ ਜਾ ਓਏ ਆ ਜਾ ਤੂੰ ਆ ਜਾ ਅੰਦਰ ਆ ਜਾ ਕਿਵੇਂ ਜੱਸੇ ਬਾਈ ਆ ਠੀਕ ਹੈ ਬਾਈ ਰਾਜੂ ਕਿਵੇਂ ਦੱਸ ਜਾ ਬੈਠੇ ਬਸ ਪੁੱਛਣਾ ਯਾਰ ਫਿਰ ਵੀ ਯਾਰ ਕੋਈ ਗੱਲ ਤਾਂ ਹੋਊਗੀ ਪਤਾ ਨਹੀਂ ਯਾਰ ਰਾਜੂ ਕਿਹਦੀ ਨਜ਼ਰ ਲੱਗ ਗਈ ਸਾਡੇ ਘਰ ਨੂੰ ਸੁਪਾਲ ਦਾ ਤੇ ਮੇਰੀ ਭਾਬੀ ਦਾ ਰੋਜ਼ ਕਲੇਸ਼ ਰਹਿਣ ਲੱਗ ਗਿਆ ਯਾਰ ਅੱਛਾ ਯਾਰ ਇਹੋ ਜਿਹੀ ਕੀ ਗੱਲ ਹੋ ਗਈ ਗੱਲ ਤਾਂ ਕੋਈ ਐਡੀ ਹੋਈ ਵੀ ਨਹੀਂ ਪਹਿਲਾਂ ਤਾਂ ਇਹਨਾਂ ਦੀ ਵਧੀਆ ਬਣਦੀ ਹੁੰਦੀ ਸੀ ਯਾਰ ਪਤਾ ਨਹੀਂ ਫਿਰ ਕਿਉਂ ਹੁਣ ਕਲੇਸ਼ ਰਹਿਣ ਲੱਗ ਗਿਆ ਦੋਨਾਂ 'ਚ ਦੋਨੇ ਲੜਦੀਆਂ ਰਹਿੰਦੀਆਂ ਨੇ
फिर भी बई तू गल की तह तक जाना सी, तू देखना तो है कि गलों इन्हों लड़ाई शुरू हुई है। हाँ यार हूँ मेरे समझ च आ गई गल यार, जिदे इन्हों की लड़ाई शुरू हुई है बेबे भाभी वास्ते एक सूट लियाई दी गई, सुपाल नूं आए हो गया मेरे वास्ते भी इकले आउंदी, तैनूं पता ही है बुढ़िया नूं आए हुंदा ही है। बस मैं गल समझ गया तेरी, बस लड़ाई पक्का ही इत्थों शुरू हुई है, सुखपाल भाभी वड्डी भाभी नाल ईरखा करन लग गई है, इन्हां दी फिर कम च किच किच होण लग गई, अई लड़ाई वधदी तुरी गई बई। होर यार हुण तां इत्थों भाई भी होण लग गया बई, मैं इह च तां ताई दी गलती मनना, जो ताई ने वड्डी भाभी नूं सूट लियांदा गा उहदा फर्ज नहीं बनदा सी वी सुखपाल नूं लियाउंदी सूट। चलो कही दिंदी भाभी नूं वी सुखपाल मैं तैनूं गांह वाली वारी सूट लिया दूं, मैं कहना जमीन लड़ाई नहीं हुंदी सी इन्हां दी। गल तां तेरी सही है यार, जिते बेबे करके कम खराब होया सारा, उही तां गल आ बई। चल कोई ना परमात्मा करूगा कृपा, तू एक गल होर सुन, ताई नूं समझा दी माड़ा जिहा, कहे अगे तो ना इह जिही गलती करे। कोई ना मैं कहूँगा बेबे नूं। होर होर गलती तो उसे दी है, उही तां गल आ। स्प्रे स्प्रू करती घंटे? हाँ करती, असीं भी कल नूं करांगे यार। अच्छा ढोली दौरी पई है जे ले जाणी है, ले जी ले आवांगे, बंदा इक वाधी कीता गा, चार्ज ला देंगे आपां जे इहो करनी है। होर ਤਾਂ ਦਿਨ ਵਧੀਆ ਸੋਹਣੇ ਲੱਗਣ ਲੱਗ ਗਏ ਨਾ? ਹਾਂ ਦਿਨ ਵਧੀਆ ਨੇ ਹੁਣ, ਫਿਰ ਬੱਦਲ ਜੇ ਕੱਢੂਗਾ ਹੁਣ ਕੜੀ ਧੁੱਪ ਹੈਗੀ, ਹੁਣ ਤਾਂ ਮੌਕਾ ਹੈ ਕਰਨ ਦਾ। ਹੁਣ ਤਾਂ ਨਹਿਰ ਵੀ ਵਗਦੀ ਹੈ ਵਧੀਆ, ਪਾਣੀ ਪੂਣੀ ਵਧੀਆ ਲੱਗ ਜਾਂਦਾ। ਹਾਂ ਪਾਣੀ ਆ ਗਿਆ। ਬੇਬੇ ਤੂੰ ਉਹਦੇ ਬਹੁਤ ਵੱਡੀ ਗਲਤੀ ਕਰੀ, ਜਿਹੜਾ ਤੂੰ ਇਕੱਲੀ ਭਾਬੀ ਨੂੰ ਸੂਟ ਲਿਆ ਤਾ, ਬੁੜੀਆਂ ਦਾ ਐਂ ਹੁੰਦਾ ਨਾ ਫਿਰ ਸਰੀਕਾ, ਤੂੰ ਜੇ ਮੈਨੂੰ ਦੱਸ ਦਿੰਦੀ ਨਾ ਮੈਥੋਂ ਪੈਸੇ ਲੈ ਜਾਂਦੀ ਪਰਦੇ ਨਾਲ, ਇੱਕ ਸੂਟ ਸੁਪਾਲ ਨੂੰ ਵੀ ਲੈ ਆਉਂਦੀ, ਇਹਨਾਂ 'ਚ ਜਮਾਂ ਕੋਈ ਫਰਕ ਨਹੀਂ ਪੈਣਾ ਤੀ। ਹੁਣ ਮੈਂ ਤੈਨੂੰ ਕੀ ਕਹਾਂ ਜੱਸੇ, ਫਿਰ ਤੂੰ ਆਖੇਂਗਾ ਸੁਖਪਾਲ ਭੜਾ ਮੇਰੀ ਕਿੰਨੀ ਇੱਜ਼ਤ ਕਰਦੀ ਹੈ, ਜਿਹੜਾ ਮੈਨੂੰ ਸੂਟ ਲਿਆ ਕੇ ਦੇਵਾਂ। ਮੈਂ ਤੈਨੂੰ ਕਿੰਨਾ ਦੱਸਦੀ ਰਹੀ ਜੱਸੇ ਵੀ ਇਹ ਮੇਰੇ ਨਾਲ ਕੀ ਕੁਛ ਕਰਦੀ ਹੈ, ਮੈਨੂੰ ਦੇਖ ਨਹੀਂ ਜਰਦੀ ਸੀ, ਹੁਣ ਕਿਹੜਾ ਜਰਦੀ ਹੈ? ਦੱਸਦੀ ਤਾਂ ਰਹੀ ਬੇਬੇ, ਦੱਸਦੀ ਤਾਂ ਤੂੰ ਭਾਬੀ ਬਾਰੇ ਵੀ ਰਹੀ ਵੀ ਮੇਰੇ ਨਾਲ ਕਿਹੋ ਜਿਹਾ ਸਲੂਕ ਕਰਦੀਆਂ ਨੇ, ਕਰਦੀਆਂ ਤਾਂ ਦੋਨੇ ਦੀ, ਭਾਬੀ ਕਿਹੜਾ ਤੇਰੇ ਨਾਲ ਕੋਈ ਘੱਟ ਗੁਜ਼ਾਰਦੀ ਸੀ? ਹਾਂ ਮੈਂ ਕਿਹੜਾ ਮੁੱਕਰਦੀ ਹਾਂ, ਮੈਂ ਤਾਂ ਦੋਨਾਂ ਬਾਰੇ ਕਹਿੰਦੀ ਸੀ। ਫਿਰ ਭਾਬੀ ਹੁਣ ਕਿਹੜਾ ਤੇਰੇ ਨਾਲ ਕੋਈ ਚੰਗਾ ਵਿਹਾਰ ਕਰਨ ਲੱਗੀ ਜਿਹੜਾ ਤੂੰ ਉਹਨੂੰ ਸੂਟ ਲਿਆ ਕੇ ਦੇਤਾ? ਨਾ ਚੰਗਾ ਤਾਂ ਕਿੱਥੋਂ ਕਰਦੀ ਤੀ, ਉਹ ਤਾਂ ਸੁਖਪਾਲ ਨਾਲੋਂ ਵੀ ਵੱਧ ਤੰਗ ਕਰਦੀ ਸੀ ਮੈਨੂੰ। ਫਿਰ ਉਹੀ ਤਾਂ ਮੈਂ ਗੱਲ ਪੁੱਛਦਾ ਬੇਬੇ, ਇੱਕ ਸੂਟ ਉਹਦੇ ਲਈ ਵੀ ਲਿਆਉਂਦੀ ਫਿਰ ਕੀ ਹੁੰਦਾ ਸੀਗਾ, ਮਾਣ ਤਾਂ ਨਹੀਂ ਸੀ? ਮੇਰੀ ਗੱਲ ਸੁਣ ਲੈ ਜੱਸੇ, ਤੂੰ ਮੇਰਾ ਪੁੱਤ ਹੈ ਪੁੱਤ, ਮੈਂ ਤੈਨੂੰ ਝੂਠ ਕੀ ਮਾਰਾਂ ਹੁਣ, ਮੈਂ ਤਾਂ ਜਾਣ ਬੁੱਝ ਕੇ ਲਿਆ ਕੇ ਦਿੱਤਾ ਤੀ ਰਾਣੀ ਨੇ ਸੂਟ, ਇਹਨਾਂ 'ਚ ਲੜਾਈ ਪਾਉਣ ਦੀ ਮਾਰੀ ਨੇ, ਇਹ ਸਕੀਮ ਤੇਰੀ ਮਾਸੀ ਨੇ ਦੱਸੀ ਤੀ ਮੈਨੂੰ। ਲੈ ਕਮਾਲ ਹੋ ਗਈ ਮਾਸੀ ਦੀ ਨਾਲੇ ਤੇਰੀ, ਹੈ ਮਾਸੀ ਆਪਣੇ 'ਚ ਉਰੇ ਦਫੇੜ ਪਾਉਣ ਵਾਸਤੇ ਆਉਂਦੀ ਹੁੰਦੀ ਹੈ? ਕੋਈ ਦਫੇੜ ਪਵਾਉਣ ਨਹੀਂ ਆਉਂਦੀ, ਉਹ ਮੇਰੀ ਭੈਣ ਹੈ, ਮੇਰੇ ਬਾਰੇ ਸੋਚਣਾ ਉਹਨੇ। ਜਦੋਂ ਮੈਂ ਉਹਨੂੰ ਦੱਸਿਆ ਵੀ ਇਹ ਇੰਨਾ ਤੰਗ ਕਰਦੀਆਂ ਨੇ ਮੈਨੂੰ, ਉਹ ਕਹਿੰਦੀ ਹੈ ਕਿ ਜੱਸੇ ਨੂੰ ਦੱਸਣਾ ਤੀ, ਮੈਂ ਆਖਿਆ ਜੱਸੇ ਨੂੰ ਮੈਂ ਕਈ ਵਾਰੀ ਦੱਸਿਆ। ਹਾਂ ਫਿਰ ਦੱਸਿਆ ਤਾਂ ਹੈਗਾ ਬੇਬੇ, ਮੈਂ ਫਿਰ ਝਿੜਕਿਆ ਨਹੀਂ ਸੁਪਾਲ ਨੂੰ? ਹਾਂ ਪੁੱਤ ਝਿੜਕਿਆ ਤਾਂ ਹੈਗਾ, ਪਰ ਤੇਰੀ ਗੱਲ ਦਾ ਅਸਰ 2-4 ਦਿਨ ਹੀ ਰਹਿੰਦਾ ਇਹਨਾਂ 'ਤੇ, ਹਾਰ ਕੇ ਮੈਂ ਕਹਿਣਾ ਹਟ ਗਈ। ਮੈਂ ਆਖਿਆ ਚੱਲ ਰੋਜ਼ ਰੋਜ਼ ਕੀ ਮੁੰਡੇ ਦਾ ਦਿਮਾਗ ਖਰਾਬ ਕਰਨਾ ਹੈ, ਜੇ ਤਾਂ ਸੁਖਪਾਲ ਤੇਰੇ ਆਖੇ ਲੱਗਦੀ ਹੁੰਦੀ ਫਿਰ ਤਾਂ ਮੈਨੂੰ ਇਹੋ ਜਿਹਾ ਕੁਛ ਕਰਨ ਦੀ ਕੀ ਲੋੜ ਸੀ, ਨਾ ਤੇਰੀ ਮਾਸੀ ਨੂੰ ਕੋਈ ਸਕੀਮ ਦੇਣ ਦੀ ਲੋੜ ਸੀ, ਮੇਰਾ ਤਾਂ ਜਿਉਣਾ ਦੁੱਬਰ ਕਰਿਆ ਪਿਆ ਸੀ ਇਹਨਾਂ ਨੇ। ਤੂੰ ਆਪਦੀ ਥਾਂ 'ਤੇ ਸੱਚੀ ਹੈ ਬੇਬੇ, ਜਦੋਂ ਇਹਨਾਂ ਨੇ ਤੇਰੇ ਨਾਲ ਚੰਗੀ ਨਹੀਂ ਕੀਤੀ ਤੂੰ ਇਹਨਾਂ ਨਾਲ ਕਿਵੇਂ ਚੰਗੀ ਕਰੇ ਫਿਰ? ਹਾਂ ਫਿਰ ਹੈ ਤੁਸੀਂ ਸ਼ਰਾਬ ਪੀ ਕੇ ਆਏ ਹੋ? ਹੈ ਸ਼ਰਾਬ ਪੀ ਕੇ ਆਏ ਹੋ ਤੁਸੀਂ? ਹਾਂ ਪੀ ਕੇ ਆਇਆ, ਤੁਹਾਡੇ ਦੋਨੇ ਜਾਣੀਆਂ ਨਾਲ ਆਈ ਹੋਣੀ ਚਾਹੀਦੀ ਹੈ, ਤੁਸੀਂ ਦੋਨਾਂ ਨੇ ਇੱਕਾ ਕਰਕੇ ਮੇਰੀ ਮਾਂ ਦਾ ਜਿਉਣਾ ਦੁੱਬਰ ਕਰਿਆ ਸੀ। ਲੈ ਮੈਂ ਕਹਿੰਦਾ ਜਿਉਣਾ ਦੁੱਬਰ ਕਰਿਆ ਬੇਬੇ ਦਾ, ਕੀਤਾ ਕਿਉਂ ਨਹੀਂ ਜੀ? ਮੈਂ ਤੁਹਾਨੂੰ ਕਿੰਨੇ ਵਾਰੀ ਸਮਝਾਇਆ ਸੀ ਵੀ ਬੇਬੇ ਨੂੰ ਤੰਗ ਨਾ ਕਰਿਆ ਕਰੋ, ਨਾ ਕਰਿਆ ਕਰੋ, ਨਾ ਰਸੋਈ ਤੁਹਾਡੇ ਪਿਓ ਦੀ ਸੀ, ਜਦੋਂ ਬੇਬੇ ਰਸੋਈ 'ਚ ਵੜਦੀ ਤੀ ਸੋਥੋਂ ਜਰੀ ਨਹੀਂ ਆਉਂਦੀ ਤੀ, ਹੈ ਜਦੋਂ ਮੈਂ ਘਰੋਂ ਵਗ ਜਾਂਦਾ ਇਦੂ ਬਾਅਦ ਆਪਦਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ। ਸਾਲੀ ਉਸ ਦੀ ਬਣੀ ਹੈ, ਰੋਟੀ ਲੈ ਕੇ ਦੇਵਾਂ ਸਾਨੂੰ? ਮੇਰੀ ਖਾਣੀ ਰੋਟੀ ਸਾਲੀ ਰੋਟੀ ਦੀ ਹੈ, ਰੋਟੀ ਮੈਂ ਪਾ ਕੇ ਦਿੰਦੀ ਹਾਂ ਸੋਨੂੰ, ਤੁਸੀਂ ਬੈਠੋ। ਲੈ ਮੈਂ ਪਾਵਾਂ ਰੋਟੀ, ਤੁਸੀਂ ਬੈਠੋ, ਪਰਾਂ ਹਟ, ਬੈਠੋ ਪਰਾਂ ਹਟ, ਮੈਂ ਆਪੇ ਖਾ ਲੂੰ।
चल वधिया करे सुखपाल तू आ गई, मेरा भी कई दिनों का जी करी जांदा ती मिलन नू। मेरा भी बेबे कई दिनों का मन जा उदास थी, मैं आख चल बेबे मिल के आनी हाँ। क्यों उदास नू की गल हो गई पुत, सुख सांद ये कई दिनों का रुस्से जा फिरदा मेरे नाल, तेनू पता है सस्ते जठाणी ना तो मेरी ऊँह नहीं बनती, ता करके मेरा कली का मन उदास थी। ना राणी नाल तो तेरी जठाणी नाल वधिया बनती थी, की गल हो गई हुण बेबे मैं तेनू की दसा। हाँ उहदे नाल तो मेरी वधिया बनती थी, चल सस ना तो साड़ी दोनों की नहीं बनती थी। एक दिन ना की होया, मेरी सस राणी वास्ते स्पैशल सूट ले आई, मेरे वास्ते कुछ ना ले आई, चल मैं चंगा जन लग्या। हीर खाए तो बंदे फिर बेबे हो ही जाता है, वह भी चल कोई गल नहीं, गुस्सा गिला दो चार दिन का होंगे। वह भी मैंने राणी तो कोई गुस्सा नहीं थी, मेरी सस तो हैगा थी, राणी तो गुस्सा मैंने ता चढ़िया, एक सूट की लिया था राणी ने मेरी सस ने, वह तो मेरे नाल बिगाड़न लग गई। मैनू कहती तू बेबे तो वध के नहीं हैगी, मैनू आके मैं नहीं तेरे नाल हलू हुज करनी, ता करके मेरा वह कलेस रहन लग गया। मैं तेनू एक गल दसा सुखपाल, तेरे नाल ही होनी चाहिए है, मैनू तो तेरी सस का सुभाग किसी गलों भी नहीं माड़ा लग्या, तू बिना गल तो आपकी जठाणी नाल रल के दुश्मनी रखन लग गई आपकी सस नाल। तेरी सस तैनू किन्ना प्यार करती होंगी सी, मैनू तो बहुत चंगी लगती सी बेचारी, तू ओनू एवं माड़ी माड़ी कह लग गई आपकी जठाणी के मगर लग के। हाँ बेबे गल तो तेरी सही है, बेबे मैनू प्यार तो बहुत करती होंगी सी, एवं राणी ने मेरे कन्न भर भर के वह उल्ट करता। तैनू उल्ट करता उन्हें, आप बनाई बैठी वो गल तो तेरी ठीक है बेबे। ना जस्से नाल तेरी की गल होगी? बस पता नहीं बेबे, परसों शराब पी के आया, कहना सोडे दोनों का कलेस रहन लग गया, सोडे नाई होनी चाहिए थी, कहना तुसी दोनों जनिया एक करके मेरी मान तंग कर दी थी, उदों का चज ना रोटी भी नहीं खाता, जे खाता भी है तो आप तो चक के खाता है, मैंने बुलाऊंदा भी है नहीं, जे मैं बुलाऊंदी भी हाँ मेरी गल का जवाब ही नहीं दिंदा। मूहरों मेरी गल सुन, ओदी मां नाल सलूक तू सही कर दे, आपे हो जूगा ठीक, तेरी सस तेरे नाल वधिया रहिंदी हुंदी थी, तू ओदे नाल बनाउण दी कोशिश कर, हुण सारा कुछ ठीक हो जू, किसी स्याणे की गल मन भी लई दी हुंदी है, मैं तेनू पहला भी समझाया थी, तू किसी पिछे लग के आपकी सस नाल ना बगाड़ पा। कोई गल नहीं बेबे, मैं उहदे नाल बनाउण दी कोशिश करूंगी, पर मैं समझ नहीं आती बेबे मैं उहदे नाल किवें बनावां। वो कोई गल नहीं, मैं तेनू स्कीम दस दिनी हाँ, तेरी सस ने तो तेरी जठाणी नूं सूट लिया के दिता थी, तू तेरी सस नूं लिया दे, आपे बन लग जूगी। हाँ बेबे गल तो यह तेरी सही है, एक मेरी सस नूं फिर सूट लिया के देवां मैं। तू ऐ करी जांदी जांदी लै गई सिंगला हो साले ने, मैं आपे दे दूँ पैसे। अच्छा अपने आ दुमान सा। हाँ चल ठीक है। और चल पुत तेनू चढ़ाया वा मैं वधिया जा सूट लेके जाई, राणी नालों भी सोहना लेगी, इत्थे खड़ा लांगे बस। हाँ इत्थे खड़ा लांगे। चल चल भाई वह लो आ गई। चल चल मोटर वाली लाइट पुत कदों आने लगू देने? परसों तो आऊगी बेबे। परसों तो? परसों तो आऊगी। चल दो दिन च अपनी कणक रम जू, परसों तो आप छी लवेंगे मोटर। और हूं तो गरमैश हो रही है, ए नहीं पता मीह पा दे एक अद्धे दिन चा बदल जे हो रहे ने, नाले पता लग जू परसों तक। वो सुखपाल आ गई पुत मैं लगती है। सत श्री अकाल बेबे। सत श्री अकाल पुत। ठीक हाँ ठीक है, ठीक है पुता बह जा। होर तेरी बेबे ठीक सी पुता? हाँ बेबे हाँ ठीक थी बेबे, आ तेरे वास्ते सूट लिया बेबे देखी सोना है। अच्छा सूट तो सोना है पुता, तेरे पाने वाले ही हैं। हाँ बढ़िया पुता सूट तो सोना है। ਤੇ ਬੇਬੇ ਰੰਗ ਹੀ ਮੈਂ ਤੇਰੇ ਪਸੰਦ ਦਾ ਲੈ ਕੇ ਆਈ ਹਾਂ, ਗਰਮੀ 'ਚ ਪਾਉਣ ਵਾਲਾ ਸੂਟ ਹੈ। ਪਹਿਲਾਂ ਮੈਂ ਕੋਟਨ ਦੀ ਚੁੰਨੀ ਲੈਣ ਲੱਗੀ ਸੀ, ਫਿਰ ਮੈਂ ਪਿਓਰ ਦੀ ਲੈ ਲਈ, ਮੈਂ ਆਉਣ ਜਾਣ 'ਚ ਵਧੀਆ ਲੱਗਦੀ ਹੈ ਕੋਟਨ ਦੇ ਸੂਟ ਨਾਲ। ਠੀਕ ਹੈ ਪੁੱਤ ਪਿਓਰ ਦੀ ਚੁੰਨੀ ਹਾਂ ਰੰਗਾ ਲਈ। ਸੋਹਣਾ ਸੂਟ ਤਾਂ, ਸੂਟ ਕੀ ਕਰਨਾ ਸੀ ਪੁੱਤ ਮੈਂ? ਨਾ ਬੇਬੇ ਮੇਰਾ ਜੀ ਕਰਿਆ ਆ, ਮੈਂ ਬੇਬੇ ਨੂੰ ਸੂਟ ਲੈ ਕੇ ਚੱਲਾਂ ਸੋਹਣਾ ਜਾ। ਚੱਲ ਠੀਕ ਹੈ ਤੇਰੀ ਮਰਜ਼ੀ ਹੈ, ਤਾਂ ਸੂਟ ਨਹੀਂ ਕੀ ਕਰਨਾ। ਹੋਰ ਵਧੀਆ ਸਮਿਆਲੀ जी करा मैं बेबे वास्ते सूट ले जा, चुन्नी भी देख रहा नी प्योर दी लियाई है, कहनी बेबे सोहनी लगूगी, होर तो बुलाई चा चढ़िया बे मैं बेबे ने सूट लियाई। अच्छा अच्छा राणी रंग भी मेरे मन पसंद का लिया है। अच्छा
ਮੈਂ ਤਾਂ ਆਪਣੀ ਗੁੱਡੀ ਕੋਲੇ ਗਈ ਸੀ ਗੁਰਵਿੰਦਰ ਕੋਲੇ। ਅੱਛਾ। ਮੈਂ ਆਖਿਆ ਆਉਂਦੀ ਆਉਂਦੀ ਨਾਲੇ ਭੈਣ ਹੋਰਾਂ ਨੂੰ ਮਿਲਿਆ ਵਾਂ। ਚਲ ਵਧੀਆ ਕਰਿਆ ਭੈਣ ਆ ਗਈ। ਹੋਰ ਹੋਰ ਭੈਣ ਹੋਰੀ ਠੀਕ ਸੀ ਸਾਰੇ? ਹਾਂ ਸਾਰੇ ਠੀਕ ਤੇ ਪੁੱਤ। ਪ੍ਰਾਹੁਣੇ ਦੀ ਬਦਲੀ ਜੀ ਦੂਰ ਦੀ ਹੋ ਗਈ ਸੀ, ਕਰਾ ਲਈ ਨੇੜੇ? ਹਾਂ ਹੁਣ ਤਾਂ ਨੇੜੇ ਦੀ ਹੋ ਗਈ। ਅੱਛਾ। ਹਾਂ ਉਹਨਾਂ ਦੇ ਐਮਐਲਏ ਦਾ ਬੰਦਾ ਮਿਲ ਗਿਆ ਸੀ ਪੁੱਤ, ਉਹਨੇ ਨੇੜੇ ਦੀ ਬਦਲੀ ਕਰਾਤੀ। ਚਲ ਆ ਤਾਂ ਵਧੀਆ ਹੋ ਗਿਆ ਭੈਣੇ, ਦੂਰ ਦਾ ਵਾਲਾ ਔਖਾ ਸੀ ਜਿਹੜੀ ਬਦਲੀ ਹੋ ਗਈ। ਤੇ ਹੋਰ ਭੈਣੇ ਔਖਾ ਸੀ ਦੂਰ ਦਾ? ਹੋਰ ਜਵਾਕਾਂ ਨੂੰ ਔਖਾ ਸੀ। ਚਾਹ ਬਣਾ ਕੇ ਲਿਆਉਣੀ ਵਸੀ? ਬਣਾ ਲਿਆ ਪੁੱਤ। ਜਿਹੜੀ ਤੂੰ ਸਕੀਮ ਦੱਸ ਕੇ ਗਈ ਸੀ ਭੈਣੇ ਉਹ ਤਾਂ ਬਹੁਤ ਵਧੀਆ ਸੀ। ਜਿਵੇਂ ਤੂੰ ਦੱਸ ਗਈ ਸੀ ਐਵੇਂ ਜਿਵੇਂ ਮੈਂ ਰਾਣੀ ਨੂੰ ਸੂਟ ਲਿਆ ਤਾ, ਇੰਨਾ ਜ਼ਿਆਦਾ ਭੈਣੇ ਉਦੇ ਦਾ ਕਲੇਸ਼ ਪੈ ਗਿਆ। ਹੁਣ ਇਹਨਾਂ ਦਾ ਨਾ ਇੱਟ ਕੁੱਤੇ ਵਾਲਾ ਬੈਰ ਹੈ ਉਦੇ ਦਾ। ਫਿਰ ਮੈਂ ਤੈਨੂੰ ਕੀ ਕਿਹਾ ਸੀ, ਹੁਣ ਤੂੰ ਇਹਨਾਂ ਦਾ ਬੈਠ ਕੇ ਤਮਾਸਾ ਦੇਖਿਆ ਕਰ। ਤਮਾਸਾ ਦਾ ਕਾਹਦਾ ਭੈਣੇ, ਮੇਰਾ ਕਿਹੜਾ ਜੀ ਕਰਦਾ ਹੈ ਵੀ ਮੇਰੇ ਘਰ 'ਚ ਕਲੇਸ਼ ਪਵੇ, ਪਰ ਇਹਨਾਂ ਦੋਨਾਂ ਨੇ ਮੈਨੂੰ ਮਜਬੂਰ ਕਰਤਾ ਸੀ। ਬਹੁਤ ਜਿਉਣਾ ਦੁੱਭਰ ਕਰ ਰੱਖਿਆ ਸੀ ਭੈਣੇ ਮੇਰਾ ਤਾਂ ਇਹਨਾਂ ਨੇ। ਤਾਂ ਹੀ ਤਾਂ ਭੈਣੇ ਮੈਂ ਤੈਨੂੰ ਸਕੀਮ ਦਿੱਤੀ ਸੀ। ਨਹੀਂ ਮੈਨੂੰ ਕੀ ਲੋੜ ਸੀ ਇੰਨੀਆਂ ਜੇ ਮੱਤਾਂ ਦੇਣ ਦੀ ਆਪਦੀ ਭੈਣ ਨੂੰ? ਜੇ ਤੂੰ ਦੁਖੀ ਸੀ ਤਾਂ ਮੈਂ ਤੈਨੂੰ ਕਿਹਾ। ਹਾਂ ਗੱਲ ਤਾਂ ਤੇਰੀ ਸਹੀ ਹੈ ਜਲਜੀਤ, ਰਾਣੀ ਨੇ ਤਾਂ ਸੂਟ ਲੈਣ ਤੋਂ ਬਾਅਦ ਇੱਕਦਮ ਰੰਗ ਹੀ ਬਦਲ ਲਿਆ। ਉਹ ਤਾਂ ਭੈਣੇ ਉਦੇ ਤੋਂ ਮੇਰਾ ਸਾਥ ਦੇਣ ਲੱਗ ਗਈ ਸੁਖਪਾਲ ਨਾਲ ਟੁੱਟ ਕੇ। ਪਹਿਲਾਂ ਉਸੇ ਨੇ ਉਂਗਲਾਂ ਲਾ ਲਾ ਕੇ ਸੁਖਪਾਲ ਨੂੰ ਮੇਰੇ ਉਲਟ ਕਰਿਆ ਸੀ। ਆਹੋ ਮੈਨੂੰ ਪਤਾ ਹੈ ਸਾਰਾ, ਬਹੁਤ ਤੇਜ਼ ਜਨਾਨੀ ਹੈ ਸੱਚੀ। ਤੇ ਹੋਰ? ਅੱਛਾ ਇਹ ਬੇਬੇ ਤੇ ਮਾਸੀ ਸਕੀਮ ਸੀ, ਮੈਂ ਵੀ ਸੋਚਾਂ ਰਾਣੀ ਨੂੰ ਬੇਬੇ ਨੇ ਸੂਟ ਕਿਵੇਂ ਲਿਆ ਕੇ ਦਿੱਤਾ ਹੈ। ਚੱਲ ਕੋਈ ਨਾ ਬੇਬੇ, ਜਿਹੜਾ ਤੂੰ ਕੀਤਾ ਉਹਦੇ ਲਈ ਚੰਗਾ ਹੀ ਕੀਤਾ, ਪਰ ਸੱਚੀ ਗੱਲ ਹੈ ਬੇਬੇ ਤੇਰੀ, ਅਸੀਂ ਵੀ ਤੈਨੂੰ ਮਜਬੂਰੀ ਕਰਤਾ ਸੀ। ਚੱਲ ਕੋਈ ਗੱਲ ਨਹੀਂ ਬੇਬੇ, ਮੈਂ ਤਾਂ ਤੇਰੇ ਨਾਲ ਪਹਿਲਾਂ ਵਾਂਗੂ ਪਿਆਰ ਬਣਾ ਲੂੰਗੀ, ਪਰ ਰਾਣੀ ਨਾਲ ਮੇਰਾ ਦਿਲ ਨਹੀਂ ਮਿਲਣਾ। ਜੱਸੇ ਆ ਜਾਓ ਪੁੱਤ, ਤੇਰੀ ਮਾਸੀ ਤਾਂ ਜਾਂਦੀ ਹੈ, ਤੁਸੀਂ ਕਿੱਧਰ ਭੱਗ ਗਏ? ਆਉਨੇ ਬੇਬੇ ਆਉਨੇ। ਆ ਜਾ ਪੁੱਤ, ਫੇਰ ਪੈ ਜਾਂਗੇ ਪਾਣੀ ਤਾਂ ਆ ਜਾਓ। ਰਹਿੰਦੇ ਕਿ ਮਾਸੀ ਅੱਜ ਜੀ ਜਰਾ ਗ੍ਰਹਿ ਤੇ ਵਧੀਆ ਕੁੜੇ ਪੁੱਤ, ਕਿੱਥੇ ਕਰੇ ਸਰਦਾ ਨਹੀਂ ਹੈਗਾ, ਕੁਛ ਨਹੀਂ ਹੁੰਦਾ ਆਪੇ ਸਰ ਜਾਂਦਾ। ਨਹੀਂ ਨਹੀਂ ਐ ਕਿੱਥੇ ਸਰਦਾ ਪੁੱਤ, ਮੈਂ ਆ ਗਈ ਇੰਨਾ ਕੁ ਬਹੁਤ ਹੈ। ਇੱਕ ਰਾਤ ਹੋਰ ਲਾ ਜਾਓ, ਰਾਤ ਫੇਰ ਲਾ ਕੇ ਜਾਊਂਗੀ ਜਦੋਂ ਮੈਂ ਫੇਰ ਆਈ। ਹੋਰ ਕੇ ਹਾਤੀ ਮੈਂ ਮਖਾਰਾ ਜਾ ਭੈਣੇ ਅੱਜ ਹੋ। ਨਾ ਨਾ ਰਹਿ ਜਾਂਦੀ ਬੇਬੇ। ਨਹੀਂ ਪੁੱਤ ਨਹੀਂ, ਫੇਰ ਕਹਿੰਦੀ ਮੈਨੂੰ ਸਰਦਾ ਨਹੀਂ, ਜਵਾਕਾਂ ਦਾ ਇਹਦਾ ਪੋਤਾ ਨਹੀਂ ਜੀ ਲਾਉਂਦਾ। ਹੋਰ ਸਰਦਾ ਨਹੀਂ ਹੈਗਾ, ਜਵਾਕ ਜਾਂਦੇ ਨੇ ਡਿਊਟੀਆਂ ਤੇ ਜਾਂਦੇ ਨੇ, ਸਕੂਲ ਜਾਂਦੇ ਨੇ, ਤੈਨੂੰ ਪਤਾ ਤਾਂ ਹੈਗਾ ਕੰਮ ਲੰਬਰ ਸਰ ਗਿਆ ਹੋਏ। ਹੋਰ ਸਰਦਾ ਨਹੀਂ ਮਗਰ। ਚਲ ਫਿਰ ਚੜਾ ਕੇ ਆਵਾਂ ਤੈਨੂੰ? ਹਾਂ ਚੜਾ ਕੇ ਆ ਪੁੱਤ। ਚਲੋ ਠੀਕ ਹੈ ਮਾਸੀ, ਉੱਥੇ ਬੱਸ ਰਕਾ ਦੇ। ਚੰਗਾ ਭੈਣੇ, ਚੰਗਾ ਬੇਟੀ, ਠੀਕ ਹੈ, ਚੰਗਾ ਆ ਜਾਓ ਤੁਸੀਂ, ਮਾਰ ਲਿਓ ਗੇੜਾ। ਹਾਂਜੀ ਹਾਂਜੀ ਮਾਰਾਂਗੇ। ਚੰਗਾ ਪੁੱਤ, ਚੰਗਾ ਜੱਸੇ ਚੜਾਇਆ ਤੇਰੀ ਮਾਸੀ ਨੂੰ? ਹਾਂ ਮੈਂ ਬੱਸ ਰਕਾ ਦੂੰ। ਹੋਰ ਚੜਾਇਆ ਪੁੱਤ, ਬੱਸ ਤਾਂ ਇੱਥੇ ਖੜ ਜੂਗੀ ਬਾਬੇ ਦੀ ਫੋਟੋ ਕੋਲੇ। ਸਰਕਾਰੀ ਜੇ ਹੁੰਦੀ ਹੁੰਦੀ ਹੈ ਜਬੇ ਬਾਜੀ, ਤਾਂ ਬਹੁਤ ਟਾਈਮ ਤਾਂ ਹੋ ਰਿਹਾ ਪੁੱਤ। ਲੈ ਬੇਬੇ ਕਿੰਨੂ ਖਾ ਲੈ। ਲਿਆ ਪੁੱਤ, ਨੂਣ ਲਾ ਕੇ ਲਈ। ਫੋਨ ਤਾਂ ਵੱਜ ਜਾਂਦੇ ਬੇਬੇ ਤੇਰੇ ਵਾਲਾ ਤੀ? ਹਾਂ ਪੁੱਤ, ਉਹ ਤਾਂ ਤੇਰੇ ਮਾਮੇ ਦਾ ਫੋਨ ਸੀ। ਅੱਛਾ ਲੈ ਖੀਰ ਖਾ ਲੈ। ਉਹਨੂੰ ਨੌਕਰੀ ਮਿਲ ਗਈ ਤੇਰੇ ਮਾਮੇ ਦੇ ਮੁੰਡੇ ਨੂੰ। ਵਧਾਈਆਂ ਬੇਬੇ ਤੈਨੂੰ, ਫਿਰ ਤਾਂ ਜਾਈ ਚੱਲ ਮਿਲਾਈ। ਹੋਰ ਹੋਰ ਜਾ ਕੇ ਭੈਣੇ। ਹਾਂ ਹਾਂ ਵੀ ਜਾਊਗਾ 2 ਤਰੀਕ ਨੂੰ। ਅੱਛਾ ਅੱਛਾ ਵਗ ਜੀ ਚੱਲ ਬੇਬੇ, ਕੋਈ ਨਾ ਇੱਕ ਨੂੰ ਵਗ ਜੀ, ਦੋ ਨੂੰ ਜਾਣਾ ਨੇ, ਚੱਲ ਤੋਰਿਆ। ਹਾਂ ਚੰਗਾ, ਹੋਰ ਮੂਹਰੇ ਅੱਜ ਤਾਂ ਕਈ ਦਿਨ ਪਏ ਨੇ। ਅੱਛਾ ਅੱਛਾ ਚੰਗਾ ਪੁੱਤ, ਠੀਕ ਹੈ ਬੇਬੇ। ਹੋਰ ਲਿਆ ਕੇ ਦੇਵਾਂ ਬੇਬੇ ਖੀਰ? ਨਾ ਪੁੱਤ ਬਸ, ਵਧੀਆ ਤੀ ਖੀਰ, ਸਵਾਦ ਤੀ? ਹਾਂ ਖੀਰ ਤਾਂ ਵਧੀਆ ਸੀ। ਚੱਲ
बेबे सुखपाल जान के ड्रामे जे कर दिए तेरे नेड़े होने दे वो अपने च फर्क पवाना चाहती है। ना ना पुत यह जी तो कोई गल नहीं, मैं तो बहुत खुशी है जो तुम दोने मेरे नाल वधिया रहन लग गई। तू फिक्र ना कर पुत, मैनू तो तुम दोने इको जी। हाँ चल ठीक है बेबे, ल मैं आपकी दवाई लवा पुत। ले बुढ़ी भी वेद वधिया बना के रखन लग गई, मैनू भी वेद बनाने पेगी हूँ। सुखपाल तेरे को कल टाइम है भैने मेरे नाल मानसा वग चलेंगी? नाल तो मैं सुख देनी है मानसा गुरु घर च, नाल तो दो चुनिया रंगाउनिया देके आनिया ने, रंग जी फिके पै गए उन्हां दे। कोई गल नहीं, चुनिया का रंग फिका पै गया तो बदला जाऊगा, अजकल दुनिया तो पैर पैर से रंग बदली जाती है। बाकी मेरे को टाइम है नहीं। सही गल है सुखपाल तेरी, मैं रंग बदलती रही थी कि ना, मेरा रंग बदलाना मैनू सारे तो कली कर गया। हाँ जी सत श्री अकाल, सलाम आदाब नमस्कार, तुसी जुड़े हो पेंडू बिरसा दे नाल। हुण वारी है तुहाडी, पूरन सिंह धालीवाल पिंड दराज, मनप्रीत मंडेर, सुखजीत कौर, हरप्रीत शर्मा, मनराज सिंह पिंड पंजोरी, कमलजीत कौर, मनजीत कौर, सवर्णदास, अमनदीप कौर, बबीता कौर, कोरीना राइटवुड, इन्होंने मैंबरशिप ली है चैनल की, शुक्रिया। गुरजस पिंड मुबारकपुर चुंगा, परमिंदर कौर कलकत्ता, हर्ष गिल, सुखी कौर ढिलों, मनजीत कौर छंदड़ा, बलविंदर सिंह छंदड़ा, जिंदू सिंह, परम बुटर, आकाशदीप सिंह, मनदीप चहल, जगदेव बराड़ पिंड लखमीरे वाला, जगतार सिंह पी आर टी सी मकैनिक बुढ़लाडा, किरणजीत कौर, कुलविंदर कौर नागरा, शुक्रिया जी मेहरबानी, जिहड़ा तुसीं एप्रीशिएट कर रहे हो पेंडू विरसा नूं, जिहड़ा तुसीं घरां दी रौनक बनाया होया, शुक्रिया जी मेहरबानी। हाँ जी, एक साड़ी वीडियो दब के शेयर कर दिया करो, सारे कितें पहुँचा दिया करो भाई। ज्यों दे वसदे रहो, रब रखा।